मम्मी पुत्र मेनू जाड़न वाले आ अज तू आप उजड़ रहे हां। अच्छा ओ हुण मुंह दिखाउण जोगे नहीं ना तां करके बीरे एक ना एक दिन तां दीप नूं अपनी मां बारे पता लगना ही सी आपां किन्ना टाइम इहनूं झूठ बोलदे रहिंदे नाले करनियां दे फल तां इत्थे ही भुगतने पैंदे ने। शैली यार पानी ले गई बहुत गर्मी है बारे तां ओ लिया दे यार पानी ओ की हो गया तेनू हुण क्यों मुंह सजाई बैठी है की सप सुंग गया तेनू जाके लिया देगा पानी। ओ सप मेनू कल्ली नू नहीं सुंगया तेनू भी सुंग जाना जदों पता लगे सारी गल दा। ओ की बुझार तैयार पाई जानी है मूहों कुछ फुट भी पै ता ही पता चलूगा मेनू। अज ना सवेरे अपने घर कोई मुंडा जा आया सी। ओ केड़ा मुंडा तेरा पांजा तेरी भैन दा मुंडा। मेरा पांजा जनी के दीप ले देख ता सही किवें खुश हुंदा इन्ना ता तू अपने मुंडे दा नौ सुन के भी नहीं खुश हुंदा कदे अपने मुंडे बारे भी सोच लिया कर। उदो क्यों बिना गलों आपका खून साड़ी जानी है तू मैनू आए दस मैं कदों नहीं सोचे आपके मुंडे बारे। और रहन दो मैनू सारा ही पता थोड़ा ना हूँ तैनू की तकलीफ है जो दा मुंडा उन्हों मिलना गया तू मैनू आए दस ओह उन्हों मिलिया किवें। उस दिन मैडम वो मुंडे नू खून नहीं दे के आई ओह होर कोई नहीं वो मनदीप दा ही मुंडा सी पता नहीं किधर फिरदी रहिंदी है सारा दिन ना इहदे सिर ते किहड़ा कोई बंदा ਜਿਹੜਾ ਇਹਨੂੰ ਰੋਕੇ ਟੋਕੇ ਤੇ ਇਹ ਉਹਨੂੰ ਪੁੱਛ ਕੇ ਜਾਵੇ। ਸ਼ੈਲੀ ਦੇਖ ਮੈਂ ਨਾ ਤੇਰੀਆਂ ਸਾਰਾ ਦਿਨ ਸੁਣਦਾ ਪਰ ਜਿਹੜੀ ਗੱਲ ਤੂੰ ਆਹ ਮੇਰੀ ਭੈਣ ਬਾਰੇ ਕਰੀ ਹੈ ਨਾ ਇਹ ਤਾਂ ਸਹੀ ਨਹੀਂ ਕੀਤੀ। ਅੱਛਾ ਨਾ ਭੈਣ ਦੇ ਨਾਂ ਤੇ ਬੜਾ ਦੁੱਖ ਲੱਗਿਆ। ਉਹ ਦੁੱਖ ਲੱਗੇ ਨਾ ਮੇਰੀ ਭੈਣ ਆ ਉਹ ਵਿਚਾਰੀ ਹਾਲਾਤਾਂ ਦੀ ਮਾੜੀ ਹੈ ਪਰ ਦਿਲ ਦੀ ਮਾੜੀ ਨਹੀਂ। ਆਹੋ ਦਿਲ ਦੀ ਮਾੜੀ ਤਾਂ ਮੈਂ ਹੀ ਹਾਂ ਤੁਸੀਂ ਤਾਂ ਸਾਰਾ ਟੱਬਰ ਦੁੱਧ ਦਾ ਧੋਤੇ ਹੋਏ ਹੋ। ਸ਼ੈਲੀ ਮਸਾਂ ਤਾਂ ਮੇਰੀ ਭੈਣ ਦੀ ਜ਼ਿੰਦਗੀ 'ਚ ਇੰਨੇ ਸਾਲਾਂ ਬਾਅਦ ਖੁਸ਼ੀ ਆਈ ਹੈ ਮੈਂ ਨਾ ਤੇਰੇ ਮੂਹਰੇ ਹੱਥ ਮੰਨਦਾ ਤੂੰ ਹੁਣ ਕੋਈ ਨਵਾਂ ਸਿਆਪਾ ਨਾ ਛੇੜੀ। ਅੱਛਾ ਸਿਆਪਾ ਮੈਂ ਪਾਉਣੀ ਆ ਹੁਣ ਤੁਸੀਂ ਦੇਖਿਓ ਜਦੋਂ ਮੇਰੇ ਮੂੰਹੋਂ ਤੁਸੀਂ ਸੱਚੀਆਂ ਸੁਣੋਗੇ। ਉਹ ਬਾਬਾ ਤੇਰੇ ਮੂਹਰੇ ਨਹੀਂ ਕੋਈ ਜਿੱਤ ਸਕਦਾ ਚੱਲਿਆ ਮੈਂ ਤਾਂ ਬਾਹਰ। ਭੈਣੇ ਸ਼ੈਲੀ ਨੇ ਮੈਨੂੰ ਅੱਜ ਦੱਸਿਆ ਤੂੰ ਦੀਪ ਨੂੰ ਮਿਲੀ ਸੀ। ਹਾਂ ਵੀਰੇ ਮੈਨੂੰ ਤਾਂ ਹਜੇ ਵੀ ਯਕੀਨ ਨਹੀਂ ਹੋ ਰਿਹਾ ਮੈਂ ਤਾਂ ਇਹੀ ਸੋਚਦੀ ਸੀ ਵੀ ਮੈਂ ਦੀਪ ਨੂੰ ਮਿਲੇ ਬਿਨਾਂ ਇਸ ਦੁਨੀਆ ਤੋਂ ਚਲੇ ਜਾਣਾ। ਨਾ ਭੈਣੇ ਆਏ ਨਾ ਕਹਿ ਰੱਬ ਇਹੋ ਜਿਹਾ ਟਾਈਮ ਕਦੇ ਨਾ ਲਿਆਵੇ ਹਜੇ ਤਾਂ ਆਪਾਂ ਜ਼ਿੰਦਗੀ 'ਚ ਬਹੁਤ ਕੁਛ ਕਰਨਾ ਨਾਲੇ ਆਪਾਂ ਦੀਪ ਦਾ ਵਿਆਹ ਵੀ ਤਾਂ ਕਰਨਾ ਹੈ। ਹਾਂ ਵੀਰੇ ਜਦੋਂ ਦੀਪ ਪੈਦਾ ਹੋਇਆ ਸੀ ਨਾ ਤਾਂ ਉਦੋਂ ਮੈਂ ਬਹੁਤ ਸਾਰੇ ਸੁਪਨੇ ਦੇਖੇ ਸੀ ਉਦੋਂ ਤਾਂ ਉਹ ਸੁਪਨੇ ਪੂਰੇ ਨਹੀਂ ਹੋ ਸਕੇ ਪਰ ਹੁਣ ਮੈਂ ਉਹ ਸਾਰੇ ਸੁਪਨੇ ਪੂਰੇ ਕਰੂੰਗੀ ਆਪਣੇ। ਭੈਣੇ ਮੈਂ ਨਾ ਹਮੇਸ਼ਾ ਤੇਰੇ ਨਾਲ ਹਾਂ ਕਦੇ ਵੀ ਕਿਸੇ ਚੀਜ਼ ਦੀ ਲੋੜ ਹੋਵੇ ਨਾ ਬੇਝਿਜਕ ਹੋ ਕੇ ਦੱਸੀ ਮੈਨੂੰ। ਚੰਗਾ ਵੀਰੇ ਨਾਲੇ ਇਹ ਜ਼ਿੰਦਗੀ ਮੈਂ ਤੁਹਾਡੇ ਸਿਰ 'ਤੇ ਹੀ ਤਾਂ ਕੱਟ ਰਹੀ ਹਾਂ ਤੁਸੀਂ ਹੋਈ ਤਾਂ ਹਰ ਦੁੱਖ ਸੁੱਖ 'ਚ ਮੇਰੇ ਨਾਲ ਪਰਛਾਵਾਂ ਬਣ ਕੇ ਖੜ੍ਹੇ ਹੋ। ਭੈਣੇ ਸੱਚੀ ਦੱਸਾਂ ਨਾ ਅੱਜ ਆਪਣੇ ਲਈ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ। ਵਾਹਿਗੁਰੂ ਮੇਰੀ ਧੀ ਇੱਦਾਂ ਹੀ ਖੁਸ਼ ਰਹੇ ਇਹਦੀ ਜ਼ਿੰਦਗੀ 'ਚ ਨਾ ਕੋਈ ਦੁੱਖ ਤਕਲੀਫ ਨਾ ਆਵੇ ਸੱਚੇ ਪਾਤਸ਼ਾਹ ਮਿਹਰ ਕਰੀ। ਰੀਤ ਪੁੱਤਰ ਦੀਪ ਨੇ ਇਹ ਤਾਂ ਦੱਸਤਾ ਵੀ ਆ ਉਹਦੀ ਮਾਂ ਨੂੰ ਮਿਲ ਕੇ ਆਇਆ ਪਰ ਇਹ ਉੱਥੋਂ ਤੱਕ ਪਹੁੰਚਿਆ ਕਿਵੇਂ? ਮੰਮੀ ਜਿੱਥੇ ਚਾਹ ਹੁੰਦੀ ਆ ਨਾ ਰਾਹ ਤਾਂ ਉੱਥੇ ਆਪੇ ਹੀ ਬਣ ਜਾਂਦੇ ਨੇ ਨਾਲੇ ਜਿਸ ਦਿਨ ਦੀ ਨਾ ਦੀਪ ਨੇ ਆਪਣੀ ਮਾਂ ਦੀ ਫੋਟੋ ਦੇਖੀ ਆ ਉਹ ਉਸ ਦਿਨ ਤੋਂ ਹੀ ਆਪਣੀ ਮਾਂ ਨੂੰ ਮਿਲਣ ਲਈ ਨਾ ਬਹੁਤ ਕਾਲਾ ਸੀ। ਰੀਤ ਤੂੰ ਇਹ ਚੰਗਾ ਨਹੀਂ ਕੀਤਾ
ਉਹਨੂੰ ਰੋਕਣਾ ਤਾਂ ਕੀ ਸੀਗਾ, ਸਗੋਂ ਉਹਦੇ ਨਾਲ ਚੱਲੀ ਗਈ। ਮੈਂ ਕੀ ਕਰਦੀ ਵੀਰੇ, ਜੇ ਮੈਂ ਇਹਦੇ ਨਾਲ ਨਾ ਜਾਂਦੀ ਇਹਨੇ ਇਕੱਲੇ ਨਹੀਂ ਚਲੇ ਜਾਣਾ ਸੀ, ਨਾਲੇ ਦੀਪ ਦੀ ਹਾਲਤ ਵੀ ਠੀਕ ਨਹੀਂ ਸੀ ਵੀਰੇ, ਇਸ ਲਈ ਮੈਂ ਇਹਨੂੰ ਇਕੱਲੇ ਨੂੰ ਨਹੀਂ ਭੇਜਿਆ। ਇਹ ਤਾਂ ਪੁੱਤ ਤੂੰ ਠੀਕ ਕੀਤਾ, ਜਿਹੜਾ ਨਾਲ ਚਲੀ ਗਈ ਇਹਦੇ। ਕੀ ਸਵਾਹ ਠੀਕ ਕੀਤਾ ਇਹਨੇ ਵੀਰੇ, ਫਿਰ ਗਲਤ ਵੀ ਮੈਂ ਕੀ ਕੀਤਾ? ਉਹ ਤੂੰ ਕੰਡੇ ਬੀਜੇ ਨੇ ਮੇਰੇ ਲਈ। ਵੀਰੇ ਕੰਡੇ ਮੈਂ ਨਹੀਂ ਬੀਜੇ, ਕੰਡੇ ਤੁਸੀਂ ਨੇ ਬੀਜੇ ਨੇ ਆਪਣੇ ਲਈ ਆਪ, ਜਿਹੜੇ ਹੁਣ ਤੁਹਾਡੇ ਚੁੱਭ ਰਹੇ ਨੇ। ਹਾਂ ਹਾਂ, ਹੁਣ ਤਾਂ ਮੈਂ ਤੁਹਾਨੂੰ ਕਮਲਾ ਲੱਗਦਾ, ਤੁਸੀਂ ਸਾਰੇ ਸਿਆਣੇ ਹੋ ਗਏ। ਵੀਰੇ ਗੱਲ ਕਮਲੇ ਤੇ ਸਿਆਣੇ ਦੀ ਨਹੀਂ ਹੈਗੀ, ਗੱਲ ਤਾਂ ਇਹ ਆ, ਸਿਆਣੇ ਕਹਿੰਦੇ ਹੁੰਦੇ ਨੇ ਨਾ, ਹੱਥਾਂ ਨਾਲ ਦਿੱਤੀਆਂ ਗੰਢਾਂ ਕਈ ਵਾਰੀ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਨੇ। ਇਹਦਾ ਮਤਲਬ ਹੁਣ ਮੈਂ ਤੁਹਾਡੀ ਸਾਰਿਆਂ ਦੀ ਅੱਖਾਂ 'ਚ ਚੁਬਣ ਲੱਗ ਗਿਆ। ਵੀਰੇ ਆਪਣੇ ਹਾਲਾਤ ਦਾ ਜ਼ਿੰਮੇਵਾਰ ਤੂੰ ਖੁਦ ਵਾ, ਇਹਦਾ ਸਾਨੂੰ ਦੋਸ਼ ਨਾ ਦੇ। ਪੁੱਤ ਅਸੀਂ ਤਾਂ ਬਥੇਰਾ ਜ਼ੋਰ ਲਾਇਆ ਸੀ ਵੀ ਦੀਪ ਨੂੰ ਉਹਦੀ ਮਾਂ ਬਾਰੇ ਪਤਾ ਨਾ ਲੱਗੇ, ਖੂਨ ਤਾਂ ਫਿਰ ਖੂਨ ਨੂੰ ਖਿੱਚ ਹੀ ਲੈਂਦਾ। ਉਹ ਮੇਰੇ ਕਿਹੜਾ ਸਰੀਰ 'ਚ ਪਾਣੀ ਭਰਿਆ, ਖੂਨ ਤਾਂ ਮੇਰੇ 'ਚ ਵੀ ਹੈ, ਮੇਰਾ ਤਾਂ ਮੋਹ ਪਿਆਰ ਨਹੀਂ ਜਾਗਦਾ ਉਹਨੂੰ। ਵੀਰੇ ਬੱਚੇ ਨੂੰ ਇਕੱਲੇ ਪਿਓ ਦਾ ਨਹੀਂ, ਮਾਂ ਪਿਓ ਦੋਹਾਂ ਦਾ ਪਿਆਰ ਚਾਹੀਦਾ ਹੁੰਦਾ। ਉਹ ਫਿਰ ਮੈਂ ਵੀ ਤਾਂ ਉਹਨੂੰ ਮਾਂ ਤੇ ਬਾਪ ਦੋਨਾਂ ਦਾ ਪਿਆਰ ਦਿੱਤਾ। ਪੁੱਤ ਤੈਨੂੰ ਲੱਗਦਾ, ਉਹਦੇ ਦਿਲ ਨੂੰ ਪੁੱਛ ਕੇ ਦੇਖ, ਜਿਹਦੀ ਇੰਨੀ ਉਮਰ ਉਹਦੀ ਮਾਂ ਤੋਂ ਬਿਨਾਂ ਨਿਕਲ ਗਈ। ਰੀਤ ਇੱਕ ਗੱਲ ਦੱਸ ਤੂੰ ਮੈਨੂੰ, ਜਦੋਂ ਤੁਸੀਂ ਉੱਥੇ ਗਏ ਤਾਂ ਮਨਦੀਪ ਦਾ ਘਰ ਵਾਲਾ ਵੀ ਤੇ ਉਹਦੇ ਬੱਚੇ ਵੀ ਹੋਣਗੇ, ਉਹ ਤੁਹਾਨੂੰ ਕੁਛ ਨਹੀਂ ਬੋਲੇ? ਕੀ ਮਤਲਬ ਤੇਰਾ? ਮਤਲਬ ਇਹ ਆ ਕਿ ਭਾਬੀ ਨੇ ਦੂਜਾ ਵਿਆਹ ਹੀ ਨਹੀਂ ਕਰਾਇਆ। ਹੈ? ਵਿਆਹ ਨਹੀਂ ਕਰਾਇਆ? ਇਹਦਾ ਮਤਲਬ ਉਹ ਆਪਣੇ ਪੇਕੇ ਰਹਿੰਦੀ ਹੈ? ਹਾਂ, ਉਹ ਆਪਣੇ ਪੇਕੇ ਰਹਿੰਦੀ ਆ, ਆਪਣੀ ਮਾਂ ਤੇ ਭਰਾ ਭਰਜਾਈ ਨਾਲ। ਮਨਦੀਪ ਨੇ ਵਿਆਹ ਨਹੀਂ ਕਰਾਇਆ? ਇੰਨਾ ਸਿਦਕ ਵੀ ਕਿਸੇ ਕਿਸੇ 'ਚ ਹੁੰਦਾ। ਆਹੋ ਮੰਮੀ ਦੇਖ ਲੋ, ਭਾਬੀ ਨੇ ਸਾਰੀ ਉਮਰ ਐਵੇਂ ਕੱਢਤੀ ਤੇ ਇੱਥੇ ਇੱਕ ਵਧੀਆ ਜੀਵਨ ਸਾਥੀ ਹੁੰਦੇ ਹੋਏ ਵੀ ਲੋਕ ਬਾਹਰ ਮੂੰਹ ਮਾਰਦੇ ਨੇ। ਰੀਤ ਇਹ ਤੂੰ ਮੈਨੂੰ ਸੁਣਾ ਰਹੀ ਹੈ ਨਾ? ਵੀਰੇ ਮੈਂ ਤਾਂ ਵੈਸੇ ਹੀ ਗੱਲ ਕੀਤੀ ਸੀ, ਪਰ ਜੇ ਤੁਹਾਨੂੰ ਲੱਗ ਗਈ ਤਾਂ ਸੌਰੀ। ਆਪਣੀ ਮਾਂ ਦੇ ਪਿਆਰ ਤੋਂ ਵਾਂਝਾ ਰਿਹਾ। ਪੁੱਤ ਆ ਗੱਲ ਕਹਿ ਕੇ ਨਾ ਤੂੰ ਮੈਨੂੰ ਜਮਾ ਹੀ ਬਗਾਨਾ ਕਰਤਾ, ਭਾਵੇਂ ਰਿਸ਼ਤੇ 'ਚ ਮੈਂ ਤੇਰੀ ਭੂਆ ਲੱਗਦੀ ਆ, ਪਰ ਮੈਂ ਤੈਨੂੰ ਆਪਣੇ ਪੁੱਤਾਂ ਵਾਂਗ ਪਾਲਿਆ ਆ। ਭੂਆ ਜੀ ਮੈਨੂੰ ਪਤਾ ਵੀ ਤੁਸੀਂ ਤੇ ਦਾਦੀ ਨੇ ਮੈਨੂੰ ਕਿਵੇਂ ਪਾਲਿਆ, ਤਾਂ ਹੀ ਤਾਂ ਮੈਂ ਤੁਹਾਨੂੰ ਦੋਨਾਂ ਨੂੰ ਇੰਨਾ ਪਿਆਰ ਕਰਦਾ। ਪਰ ਭੂਆ ਜੀ ਮੇਰੀ ਮਾਂ ਮੇਰੇ ਬਿਨਾਂ ਕਿਵੇਂ ਰਹੀ ਹੋਊਗੀ, ਇਹ ਤੁਸੀਂ ਕਦੇ ਸੋਚਿਆ? ਪੁੱਤ ਇਹਦੇ 'ਚ ਸਾਡਾ ਕੀ ਕਸੂਰ ਆ, ਇਹ ਤਾਂ ਤੇਰੀ ਮਾਂ ਤੇ ਤੇਰੇ ਪਿਓ ਦੀ ਆਪਸ 'ਚ ਨਿਭੀ ਨਹੀਂ, ਬੇਸ਼ੱਕ ਸਾਰਾ ਕਸੂਰ ਤੇਰੇ ਪਿਓ ਦਾ ਸੀ, ਉਹਦੀ ਸਜ਼ਾ ਤੇਰੀ ਮਾਂ ਨੂੰ ਭੁਗਤਣੀ ਪੈ ਗਈ, ਉਹ ਵੀ ਤੇਰੇ ਤੋਂ ਦੂਰ ਹੋ ਕੇ। ਬਸ ਭੂਆ ਜੀ ਮੇਰੀ ਮਾਂ ਨੇ ਜਿਹੜਾ ਰੋਣਾ ਸੀ ਨਾ ਉਹ ਰੋਲਿਆ, ਪਰ ਹੁਣ ਨਹੀਂ, ਹੁਣ ਮੈਂ ਆਪਣੀ ਮਾਂ ਨੂੰ ਹਮੇਸ਼ਾ ਖੁਸ਼ ਰੱਖੂੰਗਾ ਤੇ ਇੱਕ ਦੋ ਦਿਨਾਂ ਵਿੱਚ ਮੈਂ ਆਪਣੀ ਮਾਂ ਕੋਲ ਹੀ ਚਲੇ ਜਾਣਾ। ਪੁੱਤ ਇਹ ਕੀ ਕਹਿਣਾ ਤੂੰ, ਤੇਰੀ ਦਾਦੀ ਤਾਂ ਤੇਰੇ ਬਿਨਾਂ ਮਾਰੀ ਜਾਊਗੀ। ਭੂਆ ਜੀ ਤੁਸੀਂ ਕਿਉਂ ਫਿਕਰ ਕਰਦੇ ਹੋ, ਮੈਂ ਦਾਦੀ ਨੂੰ ਨਾ ਆਪਣੇ ਨਾਲ ਹੀ ਲੈ ਜਾਣਾ। ਤੇ ਪੁੱਤ ਤੇਰਾ ਪਿਓ? ਪਿਓ? ਪਿਓ ਮੇਰਾ ਜਾਵੇ ਉਸੇ ਕੋਲ ਜਿਹਦੇ ਕਰਕੇ ਉਹਨੇ ਮੇਰੀ ਮਾਂ ਛੱਡੀ ਹੈ।